ਕਾਰਾਂ ਥੋੜਾ ਗੈਪ ਪਾ ਰਹੀਆਂ ਨੇ, ਕੰਮਾਂ 'ਚ ਥੋੜੀ ਲੈਕ ਆਫ ਐਨਰਜੀ ਆ ਰਹੀ ਹੈ, ਤਾਂ ਉੱਥੇ ਸਾਡੇ ਐਨ ਜੀ ਓਜ਼ ਬਹੁਤ ਐਨਰਜੀ ਨਾਲ ਕੰਮ ਕਰ ਰਹੇ ਨੇ। ਔਰ ਮੈਂ ਇਹ ਰਿਕੁਐਸਟ ਜਿਹੜੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਪਾਉਂਦੀ ਰਹਿੰਦੀ ਹਾਂ ਵਾਰ ਵਾਰ ਜਿੱਥੇ ਮੈਨੂੰ ਲੱਗੇ ਕਿ ਇੱਥੇ ਲੋੜ ਹੈ। ਸੋ ਸਿਵਲ ਹਸਪਤਾਲ ਦੀ ਵੀ ਰਿਕੁਐਸਟ ਸੀਗੀ ਔਰ ਬਹੁਤ ਵਧੀਆ ਉਪਰਾਲਾ। ਮੈਂ ਵਧਾਈ ਦੇਵਾਂਗੀ ਡਾਕਟਰ ਐਸ ਪੀ ਓਬਰਾਏ ਦਾ ਵੀ, ਸ਼ੁਕਰਾਨਾ ਕਰਾਂਗੀ ਕਿ ਉਹਨਾਂ ਨੇ ਸਾਡੇ ਮਰੀਜ਼ਾਂ ਦੀ ਜਿਹੜੀ ਸਿਹਤ ਨੂੰ ਪ੍ਰਮੁੱਖ ਰੱਖਦਿਆਂ ਇਹ ਕਾਰਜ ਜਿਹੜਾ ਸਿਰੇ ਚਾੜਿਆ। ਸੋ ਮੇਰੀ ਕੋਸ਼ਿਸ਼ ਇਹੀ ਹੈ ਕਿ ਅਸੀਂ ਆਪਣੇ ਪੱਧਰ 'ਤੇ ਅਤੇ ਆਪਣੇ ਐਨ ਜੀ ਓਜ਼ ਨੂੰ ਨਾਲ ਲੈ ਕੇ ਜਿੱਥੇ ਜਿੱਥੇ ਵੀ ਲੋੜ ਹੈ ਉੱਥੇ ਸਾਫ਼ ਅਤੇ ਸਵੱਛ ਪਾਣੀ ਉਪਲਬਧ। ਬੇਸ਼ੱਕ ਜਿਹੜਾ ਹੈਗੇ ਆਰ ਓ ਦੀ ਕਮੀ ਪੂਰੀ ਹੋ ਗਈ ਹੈ, ਪਰ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਲੰਬੇ ਸਮੇਂ ਤੋਂ ਘਾਟ ਹੈਗੀ ਹੈ। ਦੂਜੇ ਪਾਸੇ ਜਿਹੜਾ ਮਤਲਬ ਮੈਜਿਸਟਰੇਟ ਵੀ ਇੱਥੇ ਪੱਕੇ ਤੌਰ 'ਤੇ ਨਹੀਂ ਗਿਆ, ਕੀ ਲੱਗਦਾ ਹੈਗਾ ਕੀ ਕਾਰਨ ਕੀ ਹੈ? ਸਿਰਫ ਡਾਕਟਰਾਂ ਦੀ ਨਹੀਂ, ਬਹੁਤ ਘਾਟਾਂ ਨੇ ਔਰ ਸਿਰਫ ਆਪਣੇ ਮਲੋਟ ਦੀ ਗੱਲ ਨਹੀਂ, ਪੂਰੇ ਪੰਜਾਬ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ ਸਿਹਤ ਦਾ ਉਹਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਹੈ। ਸੋ ਲੱਗੇ ਹੋਏ ਆ, ਪਿੱਛੇ ਜੇ ਅਸੀਂ ਐਂਬੂਲੈਂਸ ਵੀ ਇੱਕ ਡੋਨੇਟ ਕਰਕੇ ਗਏ ਸੀ, ਉਹ ਡਾਕਟਰਸ ਦੀ ਲਿਸਟ ਵੀ ਦਿੱਤੀ ਹੋਈ ਹੈ। ਹੁਣ ਅਪ੍ਰੈਲ 'ਚ ਬਦਲੀਆਂ ਸ਼ੁਰੂ ਹੋਣਗੀਆਂ, ਕਿਉਂਕਿ ਇਹ ਹੋ ਜਾਂਦਾ ਕਿ ਕਈ ਵਾਰੀ ਡਾਕਟਰ ਵਿਲਿੰਗ ਨਹੀਂ ਹੁੰਦੇ। ਹੁਣ ਇਸ ਵਾਰ ਅਸੀਂ ਉਹ ਡਾਕਟਰ ਚੁਣੇ ਨੇ ਜਿਹੜੇ ਆਪ ਆਉਣਾ ਚਾਹੁੰਦੇ ਨੇ। ਸੋ ਦੇਖਦੇ ਹਾਂ ਕਿ ਕੋਸ਼ਿਸ਼ ਇਹੀ ਹੈ ਕਿ ਜਲਦ ਤੋਂ ਜਲਦ ਇਹ ਡਾਕਟਰਾਂ ਦੀ ਘਾਟ। ਦੂਜੇ ਪਾਸੇ ਉਪਮੰਡਲ ਮੈਜਿਸਟਰੇਟ ਵੀ ਪੱਕੇ ਤੌਰ 'ਤੇ ਨਹੀਂ, ਉਸੇ ਕਰਕੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਬਿਲਕੁਲ ਬਿਲਕੁਲ, ਇਹ ਵੀ ਜਿਹੜੀ ਲੋਕਾਂ ਦੀ ਤਕਲੀਫ ਹੈ ਅਸੀਂ ਜਲਦ ਕਰਦੇ ਹਾਂ। ਬਾਰਿਸ਼ਾਂ ਦੌਰਾਨ ਜਿਹੜਾ ਨੁਕਸਾਨ ਹੋਇਆ ਸੀਗਾ, ਅਜੇ ਤੱਕ ਵੀ ਪਿੰਡਾਂ ਦੇ ਵਿੱਚ ਫਸਲਾਂ ਦੇ ਵਿੱਚ ਪਾਣੀ ਭਰਿਆ ਹੋਇਆ, ਉਹਨਾਂ ਦਾ ਕਹਿਣਾ ਕਿ ਅਜੇ ਤੱਕ ਕੋਈ ਵੀ ਅਧਿਕਾਰੀ ਸਾਡੇ ਕੋਲ ਨਹੀਂ ਪਹੁੰਚਿਆ। ਦੂਜੇ ਪਾਸੇ ਪੰਜਾਬ ਸਰਕਾਰ ਕਰ ਰਹੀ ਹੈ ਵਿਸਾਖੀ ਤਰ੍ਹਾਂ ਅਸੀਂ ਕੰਮ ਜਿਹੜੇ ਕਾਗਜ਼ੀ ਕਾਰਵਾਈ ਕਰ ਲਾਂਗੇ, ਕੀ ਲੱਗਦਾ ਕਿ ਪੂਰੀ? ਬਿਲਕੁਲ ਜੀ ਬਿਲਕੁਲ, ਜੋ ਸਰਕਾਰ ਕਹਿ ਰਹੀ ਹੈ ਔਰ ਮਾਨ ਸਾਹਿਬ ਦਾ ਵੀ ਕਹਿਣਾ ਕਿ ਵਿਸਾਖੀ ਤੱਕ ਅਸੀਂ ਜਿੰਨਾ ਵੀ ਮੁਆਵਜ਼ਾ ਬਣਦਾ ਔਰ ਅਸੀਂ ਸਾਰਿਆਂ ਨੂੰ ਕਵਰ ਕਰਾਂਗੇ, ਕਿਸੇ ਨੂੰ ਪਿੱਛੇ ਨਹੀਂ ਛੱਡਾਂਗੇ। ਜਿੱਥੇ ਜਿੱਥੇ ਵੀ ਨੁਕਸਾਨ ਹੋਇਆ ਪ੍ਰੋਪਰ ਅਸੀਂ ਪਟਵਾਰੀ ਵੀ ਭੇਜੇ ਹੋਏ ਨੇ ਔਰ ਜੋ ਵਾਅਦਾ ਸਰਕਾਰ ਪੂਰਾ ਕਰੇਗੀ ਵਿਸਾਖੀ ਤੱਕ। ਦੇਖੋ ਜਿੱਥੇ ਇਲੈਕਸ਼ਨ ਦੇ ਸਵਾਲ ਹੁੰਦੇ ਨੇ, ਮੈਂ ਕਹਾਂਗੀ ਕਿ ਜਦੋਂ ਕੋਈ ਸਰਕਾਰਾਂ ਪਰਫੋਰਮ ਕਰਦੀਆਂ ਨੇ ਤਾਂ ਉਹਨਾਂ ਲਈ ਇੱਕ ਬਹੁਤ ਵੱਡਾ ਚੈਲੰਜ ਵੀ ਹੁੰਦਾ। ਜਿੱਥੇ ਅਸੀਂ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਨਵੇਂ ਜਿਹੜੇ ਚੈਲੰਜ ਖੜ੍ਹੇ ਹੋ ਜਾਂਦੇ ਨੇ। ਸੋ ਲੋਕਾਂ ਨੇ ਸਾਨੂੰ ਕਿੱਥੋਂ ਤੱਕ ਐਕਸੈਪਟ ਕੀਤਾ, ਨਵੀਆਂ ਪਾਲਿਸੀਜ਼, ਨਵੇਂ ਕਹਿ ਲਓ ਕਿ ਨਵੇਂ ਤਰੀਕੇ ਨਾਲ ਜਿਹੜਾ ਕੰਮ ਕਰਨ ਦਾ ਸਰਕਾਰ ਦਾ ਰਵੱਈਆ, ਉਹ ਲੋਕਾਂ ਨੂੰ ਕਿੰਨਾ ਪਸੰਦ ਆਇਆ, ਮੈਨੂੰ ਲੱਗਦਾ ਕਿ ਇਹ ਸਾਡੀਆਂ ਬਾਕੀ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦਾ, ਉਹ ਤਾਂ ਇਹ ਨਵੇਂ ਹੀ ਜੁਆਇਨ ਕੀਤਾ ਹੈਗਾ, ਕਹਿ ਰਹੇ ਹੈਗੇ ਵੀ ਨਵੇਂ ਵੀ ਆ ਕੇ ਆਪਾਂ ਲਿਆਉਣ ਸਾਰੀ ਟੈਕਸ ਦੇ ਸੀ। ਮੈਨੂੰ ਲੱਗਦਾ ਆਮ ਆਦਮੀ ਪਾਰਟੀ 'ਚ ਸਾਰੇ ਹੀ ਨਵੇਂ ਨੇ, ਅਸੀਂ ਵੀ ਨਵੇਂ ਹਾਂ। ਸੋ ਇਹ ਲੋਕਾਂ ਦੀ ਸਰਕਾਰ ਹੈ, ਸੋ ਨਵੇਂ ਆਉਣਗੇ ਤਾਂ ਵਧੀਆ, ਨਵੀਆਂ ਨੀਤੀਆਂ ਆਉਣਗੀਆਂ, ਨਵੇਂ ਵਿਚਾਰ ਆਉਣਗੇ।